ਅੱਜ ਆਪਾਂ ਉਸ ਧਰਤੀ 'ਤੇ ਬੈਠੇ ਹਾਂ ਜਿੱਥੇ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ 26 ਸਾਲ 9 ਮਹੀਨੇ ਅਤੇ 13 ਦਿਨ ਤਪ ਕੀਤਾ। ਆ ਉਹ ਧਰਤੀ ਹੈ ਜਿੱਥੇ ਆਪਾਂ ਹਰ ਸਾਲ ਇਕੱਠੇ ਹੁੰਦੇ ਹਾਂ, ਹਰ ਸਾਲ ਮੇਲੇ ਲੱਗਦੇ ਹੈ, ਵਿਚਾਰਾਂ ਕਰਦੇ ਹਾਂ, ਇਤਿਹਾਸ ਨੂੰ ਯਾਦ ਕਰਦੇ ਹਾਂ, ਕੌਮ ਦੇ ਵਿੱਚ ਕਿਹੜੇ ਬਹਾਦਰ ਸਨ, ਉਹਨਾਂ ਨੇ ਕੀ ਬਹਾਦਰੀ ਦੇ ਕੰਮ ਕੀਤੇ, ਕਿਹਨਾਂ ਨੇ ਸ਼ਹਾਦਤਾਂ ਦਿੱਤੀਆਂ, ਕਿਵੇਂ ਕੌਮ ਨੂੰ ਚੜ੍ਹਦੀ ਕਲਾ ਕਰਨ ਵਾਸਤੇ ਉਹਨਾਂ ਨੇ ਆਪਣੀਆਂ ਜਾਨਾਂ ਵਾਰੀਆਂ। ਆਪਾਂ ਆਪਣੀ ਕੌਮ ਦਾ ਇਤਿਹਾਸ ਵੀ, ਆਪਣੀਆਂ ਜਥੇਬੰਦੀਆਂ ਦਾ ਵੀ ਇਤਿਹਾਸ ਹਰ ਸਾਲ ਇੱਥੇ ਆਪਾਂ ਉਹਨਾਂ ਦੀ ਜ਼ਿਕਰ ਕਰਦੇ ਹਾਂ। ਲਗਾਤਾਰ ਕਿੰਨੇ ਸਾਲ ਹੋ ਗਏ, ਮੈਂ ਪਿਛਲੇ ਕਈ ਸਾਲਾਂ ਤੋਂ ਦੇਖ ਰਿਹਾ ਕਿ ਆਪਣੀ ਕੌਮ ਵਿੱਚ ਜਿਹੜਾ ਜਜ਼ਬਾ ਸੀ, ਜਿਹੜਾ ਕੌਮ ਬਣਾਈ ਗਈ ਸੀ ਜ਼ੁਲਮ ਦੇ ਖਿਲਾਫ ਲੜਨ ਵਾਸਤੇ, ਜਿਹੜੀ ਬਣਾਈ ਗਈ ਸੀ ਇਨਸਾਫ ਦਿਲਾਉਣ ਵਾਸਤੇ, ਜਿਹੜੀ ਬਣਾਈ ਗਈ ਸੀ ਰੱਖਿਆ ਕਰਨ ਵਾਸਤੇ, ਉਸ ਕੌਮ ਵਿੱਚ ਵੰਡੀਆਂ ਪੈਣ ਲੱਗ ਗਈਆਂ। ਲੋਕ ਤਾਕਤਾਂ ਨੇ ਦੇਖਿਆ ਕਿ ਸਿੱਖ ਧਰਮ ਨੂੰ ਜੇ ਕਮਜ਼ੋਰ ਕਰਨਾ, ਉਹਨਾਂ ਦੀਆਂ ਜਥੇਬੰਦੀਆਂ ਨੂੰ ਖਤਮ ਕਰ ਦਿਓ, ਉਹਨਾਂ ਦੀ ਲੀਡਰਸ਼ਿਪ ਨੂੰ ਖਤਮ ਕਰ ਦਿਓ। ਪਿਛਲੇ ਕਈ ਸਾਲਾਂ ਤੋਂ ਦੇਖ ਰਹੇ ਹਾਂ ਏਜੰਸੀਆਂ ਲੱਗੀਆਂ, ਤਾਕਤਾਂ ਲੱਗੀਆਂ ਇੱਕੋ ਹੀ ਨਿਸ਼ਾਨਾ ਲੈ ਕੇ ਕਿ ਆਪਾਂ ਜਿਹੜੀ ਤਾਕਤ ਜਿੱਥੋਂ ਕੌਮ ਨੂੰ ਮਿਲਦੀ ਹੈ ਉਸ ਤਾਕਤ ਨੂੰ ਕਮਜ਼ੋਰ ਕਰਨਾ। ਤੁਸੀਂ ਦੇਖ ਲਓ ਕੀ ਹੋ ਰਿਹਾ ਆਪਣੇ ਨਾਲ, ਆਪਣੀ ਕਮਜ਼ੋਰੀ ਕਰਕੇ, ਆਪਣੀ ਤਾਕਤ ਨੂੰ ਵੰਡੀ ਹੋਣ ਕਰਕੇ ਹੋ ਕੀ ਰਿਹਾ। ਹੁਣ ਤੁਹਾਡੇ ਗੁਰੂ ਘਰ ਵੀ ਤੁਹਾਡੇ ਕੋਲੋਂ ਖੁਸ ਗਏ ਹੈ। ਮੈਂ ਪੁੱਛਣਾ ਚਾਹੁੰਦਾ, ਖਾਲਸਾ ਜੀ ਆਪਣੀ ਤਾਕਤ ਸ਼੍ਰੀ ਅਕਾਲ ਤਖਤ ਸਾਹਿਬ ਦੀ ਅਗਵਾਈ ਹੈ, ਆਪਣੀ ਤਾਕਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਆਪਣੀ ਤਾਕਤ ਸ਼੍ਰੋਮਣੀ ਅਕਾਲੀ ਦਲ ਹੈ, ਪਰ ਅੱਜ ਉਹਨਾਂ ਤਾਕਤਾਂ ਨੇ ਇਹੋ ਜਿਹੇ ਸਿੱਖ ਖੜੇ ਕਰਦੇ ਜਿਨ੍ਹਾਂ ਦੀ ਸ਼ਕਲ ਸਿੱਖਾਂ ਮੰਗੂ, ਪਹਿਰਾਵਾ ਸਿੱਖਾਂ ਮੰਗੂ, ਪਰ ਉਹਨਾਂ ਵਿੱਚ ਇਹ ਜੀ ਗੱਦਾਰੀ ਹੈ ਜਿਹਦਾ ਨਿਸ਼ਾਨਾ ਇੱਕੋ ਇੱਕ ਹੈ, ਸਿੱਖ ਕੌਮ ਦੇ ਖਿਲਾਫ ਚੱਲ ਕੇ ਕੌਮ ਦੀਆਂ ਸਾਰੀਆਂ ਇੰਸਟੀਟਿਊਸ਼ਨ ਨੂੰ ਖਤਮ ਕਰਨਾ। ਖਾਲਸਾ ਜੀ ਆਪਾਂ ਤਖ਼ਤ ਹਜ਼ੂਰ ਸਾਹਿਬ ਜਾਂਦੇ ਹਾਂ, ਹਰ ਰੋਜ਼ ਜਥੇ ਜਾਂਦੇ ਹੈ, ਉੱਥੇ ਤੁਹਾਡਾ ਸਿੱਖ ਕੌਮ ਇੰਤਜ਼ਾਮ ਕਰਦੀ ਸੀ, ਸਿੱਖ ਕੌਮ ਦੀ ਕਮੇਟੀ ਸੀ, ਐਕਟ ਬਣਾਇਆ ਸੀ ਆਪਣੇ ਬਜ਼ੁਰਗਾਂ ਨੇ, ਅਤੇ ਅੱਜ ਕੀ ਕਰਤਾ, ਉਹ ਐਕਟ ਖਤਮ ਕਰਤਾ। ਅੱਜ ਉੱਥੇ ਤਖ਼ਤ ਹਜ਼ੂਰ ਸਾਹਿਬ 'ਤੇ RSS 'ਤੇ BJP ਦਾ ਕਬਜ਼ਾ ਹੋ ਗਿਆ, ਕਦੋਂ ਜਾਗੋਗੇ? ਅੱਜ ਉਹ ਫੈਸਲਾ ਕਰਨਗੇ ਉੱਥੋਂ ਦੀ ਮਰਿਆਦਾ ਕੀ ਹੋਊਗੀ, ਉੱਥੇ ਕਿਵੇਂ ਰੋਜ਼ ਦੀ ਮਰਿਆਦਾ ਚੱਲੂਗੀ, ਕੌਣ ਕੀਰਤਨ ਕਰੂਗਾ, ਕਿਹੜਾ ਕੀਰਤਨ ਹੋਊਗਾ। ਉਵੇਂ ਹੀ ਤਖ਼ਤ ਪਤਨਾ ਸਾਹਿਬ 'ਤੇ ਐਕਟ ਬਦਲ ਦਿੱਤਾ ਇਹਨਾਂ ਨੇ, ਦਿੱਲੀ ਗੁਰਦੁਆਰਾ ਕਮੇਟੀ ਜਿਹੜੀ
ਅਕਾਲੀ ਦਲ ਨੇ ਸੰਘਰਸ਼ ਕਰਕੇ ਮੋਰਚੇ ਲਾ ਕੇ ਅਕਾਲੀ ਦਲ ਦੇ ਵਰਕਰਾਂ ਨੇ ਦਿੱਲੀ ਜਾ ਕੇ, ਮੈਨੂੰ ਲੱਗਦਾ ਬਹੁਤ ਸਟੇਜ ਲੀਡਰ ਬੈਠੇ ਹੋਣੇ ਹੈ ਜਿਨ੍ਹਾਂ ਦੇ ਬਜ਼ੁਰਗਾਂ ਨੇ ਆਪ ਜਾਂ ਤੁਹਾਡੇ ਵਿੱਚ ਹੀ ਹੋਣੇ, ਜਿਨ੍ਹਾਂ ਨੇ ਉੱਥੇ ਸਾਲੋਂ ਸਾਲ ਜੇਲ੍ਹਾਂ ਕੱਟੀਆਂ ਅਤੇ ਗੁਰੂ ਘਰਾਂ ਨੂੰ ਆਜ਼ਾਦ ਮਹੰਤਾਂ ਤੋਂ ਕਰਾ ਕੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਈ ਅਤੇ ਅੱਜ ਪ੍ਰਧਾਨ ਬੀਜੇਪੀ ਦਾ, ਕਮੇਟੀ ਬੀਜੇਪੀ ਦੀ, ਜੈ ਜੈਕਾਰ ਬੀਜੇਪੀ ਦੀ, ਅੱਜ ਉੱਥੇ ਆਪਣੀ ਮਰਿਆਦਾ ਬਦਲਣ ਲੱਗੇ ਹੈ। ਤੁਸੀਂ ਹੈਰਾਨ ਰਹਿ ਜਾਓਗੇ, ਜਿਹੜਾ ਕੋਈ ਮੋਦੀ ਸਰਕਾਰ ਦੇ ਖਿਲਾਫ ਕੋਈ ਧਰਨਾ ਦਿੰਦਾ ਜੰਤਰ ਮੰਤਰ, ਪਹਿਲੇ ਗੁਰੂ ਘਰ ਤੋਂ ਜਿਹੜਾ ਵੀ ਆਉਂਦਾ ਸੀ ਉਹਨੂੰ ਲੰਗਰ ਜਾਂਦਾ ਸੀ, ਹੁਣ ਉਹ ਲੰਗਰ ਵੀ ਬੰਦ ਕਰ ਦਿੱਤਾ। ਇਹ ਜਿਹੀਆਂ ਚੀਜ਼ਾਂ ਹੋਣ ਲੱਗ ਗਈਆਂ। ਅਤੇ ਹੁਣ ਜਿਹੜੀ ਬਚਿਆ ਸੀ ਆਪਣਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਈ ਬਚੀ ਸੀ, ਉਹਨੂੰ ਵੀ ਤੋੜ ਕੇ ਹਰਿਆਣਾ ਅਲੱਗ ਬਣਾਤਾ। ਅਤੇ ਹਰਿਆਣੇ ਦੀ ਕਮੇਟੀ ਵਿੱਚ ਤੁਸੀਂ ਦੇਖਿਆ, ਜਿਵੇਂ ਖਹਿਰਾ ਸਾਹਿਬ ਨੇ ਜ਼ਿਕਰ ਕੀਤਾ, ਉਹ ਲੋਕ ਆ ਗਏ ਹੈ ਜਿਹੜੇ ਕੌਮ ਦੇ ਗੱਦਾਰ ਹੈ, ਦਾਦੂਵਾਲ ਵਰਗੇ, ਆ ਸਾਰੇ ਜਸਵੀਰ ਸਿੰਘ ਰੋਡੇ ਵਰਗੇ, ਆ ਉਹ ਤਾਕਤ ਹੈ ਜੇ ਆਪਾਂ ਪਛਾਣ ਨਹੀਂ ਰਹੇ, ਆਪਾਂ ਦੇਖ ਨਹੀਂ ਰਹੇ। ਉਹ ਪੰਥ ਨਹੀਂ, ਉਹ ਪੰਥ ਦੇ ਗੱਦਾਰ ਹੈ। ਤੁਸੀਂ ਹੈਰਾਨ ਦੇਖੋ, ਪੁੱਛੋ ਆਪਣੇ ਜਿਹੜੇ ਕਿਸਾਨ ਵੀਰ, ਆਪਣੇ ਭੈਣ ਭਰਾ ਜਿਹੜੇ ਬਾਰਡਰ 'ਤੇ ਬੈਠੇ ਸੀ, ਉਹਨਾਂ ਨੂੰ ਪਹਿਲੇ ਆਪਣੇ ਟਾਈਮ 'ਤੇ ਆਪਣਾ ਗੁਰੂ ਘਰਾਂ ਤੋਂ ਸੇਵਾ ਜਾਂਦੀ ਸੀ, ਅਤੇ ਐਗਤੀ ਜਿਹੜੇ ਬਾਰਡਰ 'ਤੇ ਬੈਠੇ ਆ ਆਪਣੇ ਹਰਿਆਣੇ ਦੇ ਬਾਰਡਰ 'ਤੇ, ਉੱਥੇ ਜਿਹੜੀ ਪੁਲਿਸ ਹਰਿਆਣੇ ਦੀ ਹੈ ਉਹ ਗੁਰੂ ਘਰਾਂ 'ਚ ਹਰਿਆਣੇ 'ਚ ਰਹਿ ਰਹੀ ਹੈ ਅਤੇ ਉੱਥੋਂ ਸੇਵਾ ਉਹਨਾਂ ਨੂੰ ਆ ਰਹੀ ਹੈ। ਕਿਉਂ? ਕਿਉਂਕਿ ਹੁਣ ਉਹਨਾਂ ਦਾ ਕਾਗਜ ਹੈ। ਹੋਰ ਬੱਚਿਆ ਕੀ ਹੈ ਤੁਹਾਡੇ ਕੋਲ? ਹਲੇ ਵੀ ਲੜੀ ਜਾਊਂਗੇ, ਹਲੇ ਵੀ ਪਛਾਣੋਗੇ ਨਹੀਂ। ਜਿਹੜਾ ਆਉਂਦਾ ਕਹਿੰਦਾ ਮੈਂ ਪੰਥ ਹੈ, ਜਿਹੜਾ ਆਉਂਦਾ ਕਹਿੰਦਾ ਮੈਂ ਪੰਥ ਹੈ। ਪੰਥ ਦੀ ਇੱਕੋ ਇੱਕ ਜਥੇਬੰਦੀ ਹੈ ਸ਼੍ਰੋਮਣੀ ਅਕਾਲੀ ਦਲ। ਜੇ ਆਪਾਂ ਉਸ ਜਥੇਬੰਦੀ ਨੂੰ ਪੰਥ ਨਹੀਂ ਸਮਝਦੇ ਤਾਂ ਫਿਰ ਤੁਹਾਡੇ ਕੋਈ ਬਚਾਅ ਨਹੀਂ ਹੈ। ਦੇਖੋ 103 ਸਾਲ ਪੁਰਾਣੀ ਪਾਰਟੀ ਹੈ, 103 ਸਾਲ ਸੇਵਾ ਕਰਦੀ ਰਹੀ ਹੈ, ਆਪਣੇ ਬਜ਼ੁਰਗਾਂ ਨੇ ਸ਼੍ਰੋਮਣੀ ਅਕਾਲੀ ਦਲ ਬਣਾਇਆ ਹੀ ਇਸ ਲਈ ਅਸੀਂ ਕਿ ਆਪਣੀ ਕੌਮ ਦੀ ਇੱਕ ਫੌਜ ਚਾਹੀਦੀ ਹੈ। ਦੇਖੋ ਜਦੋਂ ਤੱਕ ਤੁਸੀਂ ਤਾਕਤ ਰੱਖੀ ਤਾਂ ਸ਼੍ਰੋਮਣੀ ਅਕਾਲੀ ਦਲ ਨੂੰ ਦਿੰਦੇ ਰਹੇ, ਕਿਸੇ ਦੀ ਹਿੰਮਤ ਨਹੀਂ ਸੀ ਕਿ ਤਖ਼ਤ ਹਜ਼ੂਰ ਸਾਹਿਬ ਦਾ ਐਕਟ ਬਦਲ ਦੇਣ, ਕਿਸੇ ਦੀ ਹਿੰਮਤ ਨਹੀਂ ਸੀ ਪਟਨਾ ਸਾਹਿਬ ਦੇ ਤਖ਼ਤ ਦੀ ਐਕਟ ਬਦਲ ਦੇਣ, ਕਿਸੇ ਦੀ ਹਿੰਮਤ ਨਹੀਂ ਸੀ ਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋ ਕਾਬਜ ਹੋ ਜਾਏ, ਕਿਸੇ ਦੀ ਹਿੰਮਤ ਨਹੀਂ ਸੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋੜ ਦੇ। ਆਪਣੀ ਕਮਜ਼ੋਰੀ ਕਰਕੇ ਆਪਾਂ ਇੱਕ ਦੂਜੇ ਨੇ ਗੱਲਾਂ 'ਚ ਆ ਕੇ ਸੋਸ਼ਲ ਮੀਡੀਆ ਦੇਖੇ, ਜਿਹਨੂੰ ਕੋਈ ਸਿੱਖੀ ਬਾਰੇ ਪਤਾ ਹੀ ਨਹੀਂ ਉਹਨੂੰ ਆਪਾਂ ਸਿੱਖ ਸਮਝ ਲੈਂਦੇ ਹਾਂ, ਉਹਦੀ ਅਗਵਾਈ 'ਚ ਆਉਣੇ ਹੈ। ਤੁਸੀਂ ਕੁਰਬਾਨੀਆਂ ਦੀ ਗੱਲ ਕਰਨੀ ਹੈ, ਕੁਰਬਾਨੀਆਂ ਉਹ ਨਹੀਂ ਕਿ ਮੈਂ ਤੱਕ ਗਰਮ ਨਾਰੇ ਲਾ ਦਾਂ, ਮੈਂ ਕੁਰਬਾਨੀ ਉਹ ਨਹੀਂ ਕਿ ਆਪਣੀ ਕੌਮ ਨੂੰ ਮਰਵਾ ਦਾਂ। ਲੀਡਰ ਉਹ ਹੈ
ਜਿਹੜੀ ਕੌਮ ਨੂੰ ਬਚਾਉਂਦਾ ਹੈ, ਕੌਮ ਦੀ ਤਰੱਕੀ ਕਰਾਉਂਦਾ ਹੈ, ਕੌਮ ਦੀ ਜਵਾਨੀ ਨੂੰ ਬਚਾਉਂਦਾ ਹੈ, ਆਪਣੇ ਸੂਬੇ ਨੂੰ ਅੱਗੇ ਲੈ ਕੇ ਜਾਂਦਾ, ਉਹ ਹੁੰਦਾ ਕੌਮ ਦਾ ਲੀਡਰ। ਅੱਗ ਲਾਉਣੀ ਬੜੀ ਸੌਖੀ ਹੈ, ਲੋਕਾਂ ਨੂੰ ਮਰਵਾਉਣਾ ਬੜਾ ਸੌਖਾ ਹੈ, ਨਾਰਾ ਦੇ ਦਾਂਗੇ, ਨੌਜਵਾਨ ਬੱਚੇ ਮਰ ਜਾਣਗੇ, ਆਪਣੇ ਬੱਚੇ ਨਹੀਂ ਉਹ ਮਰਵਾਉਣਗੇ, ਉਹ ਆਪ ਪਿੱਛੇ ਰਹਿਣਗੇ। ਆਈ ਹੋ ਰਿਹਾ ਅੱਜ, ਅੱਜ ਤੁਸੀਂ ਜਿਹੜੀ ਅੱਜ ਦੇਖ ਰਹੇ ਹੋ, ਅੱਜ ਇਜ਼ਰਾਈਲ ਤੇ ਪੈਲਸਟੀਨ ਦੇ ਵਿੱਚ ਜਿਹੜੀ ਜੰਗ ਚੱਲ ਰਹੀ ਹੈ, ਪੈਲਸਟੀਨ ਦੇ ਵਿੱਚ ਵੀ ਇੱਕ ਅਜਿਹੇ ਲੋਕ ਸੀ ਜਿਹੜੇ ਫੋਕੇ ਨਾਰੇ ਦਿੰਦੇ ਸੀ, ਜਿਹਦੇ ਜਥੇਬੰਦੀ ਨਾ ਹਮਾਸ ਸੀ। ਕੀ ਕੀਤਾ ਉਹਨਾਂ ਨੂੰ? ਪਤਾ ਹੈ ਕਿ ਉਹ ਦੇਸ਼ ਇਜ਼ਰਾਈਲ ਤਕੜਾ, ਜਾਣ ਕੇ ਅੱਗ ਲਾ ਦੀ। ਹਮਾਸ ਵਾਲਿਆਂ ਨੇ ਉੱਥੇ ਜਾ ਕੇ 300-400 ਲੋਕ ਮਾਰ ਦਿੱਤੇ, ਆਪ ਟਨਲਾਂ 'ਚ ਭੱਜ ਗਏ ਤੇ ਸਾਰੀ ਕੌਮ ਉੱਥੋਂ ਪੈਲਸਟੀਨ ਦੀ ਮਰਵਾ ਦਿੱਤੀ। ਜੇ ਤੁਸੀਂ ਕੁਰਬਾਨੀਆਂ ਦੇਖਣੀਆਂ, ਆਪਣੇ ਭਾਈ ਗੁਰਦੀਪ ਸਿੰਘ ਖਹਿਰਾ ਸਾਹਿਬ ਬੈਠੇ ਆ, ਕਿਤੇ ਕਿਹਾ ਇਹਨਾਂ ਨੇ ਕਿ ਮੈਨੂੰ ਛਡਾਓ? ਕਿਤੇ ਕਿਹਾ 34 ਸਾਲ ਹੋ ਗਏ ਘਰ ਬਾਰ ਛੱਡੇ ਨੂੰ, ਇਹਨਾਂ ਨੇ ਆਪਣੇ ਕੋਲ ਜ਼ਮੀਨ ਖਾਤਰ ਨਹੀਂ ਕੁਰਬਾਨੀ ਦਿੱਤੀ, ਇਹਨਾਂ ਨੇ ਆਪਣੇ ਕੋਲ ਪੈਸੇ ਕਰਕੇ ਨਹੀਂ ਕੀਤੀ, ਇਹਨਾਂ ਨੇ ਕੌਮ ਦੇ ਜਜ਼ਬਾਤਾਂ ਕਰਕੇ 84 ਦੇ ਅੰਦਰ ਜੋ ਕਤਲੇਆਮ ਹੋਏ, ਜੋ ਟੈਂਕਾਂ ਤੋਂ ਆਪਣਾ ਦਰਬਾਰ ਸਾਹਿਬ ਦੇ ਹਮਲੇ ਹੋਏ, ਉਹਨਾਂ ਕਰਕੇ ਇਹਨਾਂ ਦੀ ਇਮੋਸ਼ਨਸ ਜਾਗੀਆਂ 34 ਸਾਲ। ਅਤੇ ਅੱਜ ਸਾਲ ਹੋ ਗਿਆ, 125 ਸਾਲ, ਅਤੇ ਕਹਿੰਦੇ ਛਡਾਓ ਸਾਨੂੰ, ਸਾਨੂੰ MP ਬਣਾ ਕੇ ਛਡਾਓ, ਸਾਨੂੰ ਐਵੇਂ ਛਡਾਓ। ਇੱਥੇ ਬੈਠੇ ਹੋਣੇ ਸੀਨੀਅਰ ਲੀਡਰ ਜਿਨ੍ਹਾਂ ਨੇ, ਮੈਨੂੰ ਸਾਰਿਆਂ ਦੇ NSA ਲੱਗੀ ਹੈ, ਮੈਨੂੰ ਲੱਗਦਾ ਅਕਾਲੀ ਦਲ ਦੇ। ਬਾਦਲ ਸਾਹਿਬ ਨੂੰ 16 ਸਾਲ NSA 'ਚ ਰੱਖਿਆ, 16 ਸਾਲਾਂ 'ਚ ਇੱਕ ਦਿਨ ਵੀ ਬਾਦਲ ਸਾਹਿਬ ਨੇ ਕਿਹਾ ਕਿ ਮੈਨੂੰ ਛੱਡ ਦਿਓ। ਮੈਨੂੰ ਯਾਦ ਹੈ ਮੇਰੀ ਭੈਣ ਦਾ ਵਿਆਹ ਸੀ, ਬਾਦਲ ਸਾਹਿਬ ਨੂੰ ਕਹਿੰਦੇ ਤੁਸੀਂ ਜ਼ਮਾਨਤ ਵਾਸਤੇ ਆਪਣਾ ਪੈਰੋਲ ਮੰਗ ਲਓ, ਬਾਦਲ ਸਾਹਿਬ ਕਹਿੰਦੇ ਨਹੀਂ। ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ ਹੈ, ਨਾ ਅਸੀਂ ਜ਼ਮਾਨਤ ਮੰਗੀ ਹੈ ਕਿਤੇ, ਨਾ ਅਸੀਂ ਪੈਰੋਲ ਮੰਗੀ ਹੈ। ਬਾਦਲ ਸਾਹਿਬ ਨੇ ਕਿਹਾ ਮੇਰੀ ਬੇਟੀ ਦਾ ਵਿਆਹ ਕੌਮ ਕਰੂਗੀ। ਆਹ ਤਾਂ ਅਕਾਲੀ ਦਲ ਹੈ ਤੁਹਾਡਾ, ਕਿਉਂ ਮਰਵਾਉਣੇ ਆ ਪੰਜਾਬ ਨੂੰ? ਕਿਤੇ ਦੁੱਖ ਲੱਗਦਾ, ਮੈਨੂੰ ਦਰਦ ਆਉਂਦਾ ਜਦੋਂ ਮੈਂ ਦੇਖਦਾ ਕਿ ਲੋਕੀ ਆਪਣੀ ਅੱਖਾਂ ਮੀਚੀ ਬੈਠੇ ਆ। ਉਦੋਂ ਜਾਗੋਗੇ ਜਦੋਂ ਸਾਰਾ ਕੁਛ ਤਬਾਹ ਹੋ ਗਿਆ। ਆਹ ਦੇਖੋ ਪੰਜਾਬ ਆਪਣਾ ਕੀ ਹਾਲ ਕਰਤਾ। ਅਸ 10 ਸਾਲ ਹੋ ਗਏ, 7 ਸਾਲ, 5 ਸਾਲ ਕੈਪਟਨ, ਆਹ ਹੁਣ ਝਾੜੂ ਵਾਲੇ ਕੈਪਟਨ ਨੇ ਵੀ ਗਰੰਟੀਆਂ ਦੇ ਦਿੱਤੀਆਂ ਮਗਰ ਲੱਗ ਗਏ, ਝਾੜੂ ਵਾਲੇ ਆਏ ਮਗਰ ਲੱਗ ਗਏ। ਹੁਣ ਦੱਸੋ ਕੀ ਹਾਲ ਹੈ? ਕਿਤੇ ਸੜਕ ਬਣੀ ਦੇਖੀ ਹੈ? ਕਿਤੇ ਤੁਹਾਡੇ ਪਿੰਡ 'ਚ ਗਲੀ ਬਣੀ ਦੇਖੀ ਹੈ? ਕਿਸੇ ਨੂੰ ਕੋਈ ਟਿਊਬਵੈਲ ਕਨੈਕਸ਼ਨ ਮਿਲਿਆ? ਕਿਸੇ ਕੋਈ ਖਾਲ ਬਣਿਆ? ਕੋਈ ਕਿਸੇ ਨੇ ਬਾਂਹ ਫੜੀ ਹੈ? ਆਹ ਜਿੱਥੇ ਤੁਸੀਂ ਅੱਜ ਬੈਠੇ ਹੋ ਪਵਿੱਤਰ ਧਰਤੀ, ਇੱਥੋਂ ਤੁਸੀਂ ਪਿੰਡ ਜਾਓਗੇ, ਇੱਥੋਂ ਗੁਰੂ ਦੀ ਨਗਰੀ ਅੰਮ੍ਰਿਤਸਰ ਜਾਓਗੇ, ਇੱਥੋਂ ਬਠਿੰਡੇ ਚਲੇ ਜਾਓ, ਇੱਥੋਂ ਪਠਾਨਕੋਟ ਚਲੇ ਜਾਓ, ਇੱਥੋਂ ਤੁਸੀਂ ਚੰਡੀਗੜ੍ਹ ਚਲੇ ਜਾਓ। ਜੇ ਸੜਕ 'ਤੇ ਜਾਓਗੇ ਉਹ ਸੜਕ ਬਾਦਲ ਸਾਹਿਬ ਦੇ ਅਕਾਲੀ ਦਲ ਨੇ ਬਣਾਈ ਹੈ, ਜੇ ਕੋਈ ਪੁਲ ਦੇਖੋਗੇ ਉਹ ਬਣਾਇਆ ਅਕਾਲੀ ਦਲ ਨੇ ਹੈ, ਜੇ 4 ਲੇਨ ਸੜਕਾਂ ਦੇਖੋ ਅਕਾਲੀ ਦਲ ਨੇ ਬਣਾਈਆਂ, ਜੇ ਖੇਤਾਂ ਵਿੱਚ ਟਿਊਬਵੈਲ ਦੇਖੋਗੇ ਉਸ ਟਿਊਬਵੈਲ ਕਨੈਕਸ਼ਨ ਦੇਣ ਵਾਲਾ ਅਕਾਲੀ ਦਲ ਹੈ, ਉਹਦੇ 'ਚ ਮੁਫਤ ਬਿਜਲੀ ਪਾਉਣ ਵਾਲਾ ਅਕਾਲੀ ਦਲ ਹੈ।
ਜੇ ਕੋਈ ਧਰਮਸ਼ਾਲਾ ਦੇਖੋਗੇ ਬਣਾਉਣ ਵਾਲਾ ਅਕਾਲੀ ਦਲ ਹੈ। ਜੇ ਤੁਹਾਨੂੰ ਆਟਾ ਦਾਲ ਮਿਲਦਾ ਸੀ ਦੇਣ ਵਾਲਾ ਅਕਾਲੀ ਦਲ, ਸ਼ਗਨ ਮਿਲਦਾ ਸੀ ਦੇਣ ਵਾਲਾ ਅਕਾਲੀ ਦਲ, ਪੈਨਸ਼ਨਾਂ ਦੇਣ ਵਾਲਾ ਅਕਾਲੀ ਦਲ, ਲੜਕੀਆਂ ਨੂੰ ਸਾਈਕਲ ਦੇਣ ਵਾਲਾ ਅਕਾਲੀ ਦਲ, ਅਸੀਂ ਐਸੀ ਪਰਿਵਾਰ ਬੈਠੇ ਹੈ। ਮੈਨੂੰ ਦੱਸੋ ਹੁਣ ਕੋਈ ਤੁਹਾਡੇ ਬੱਚੇ ਕੋਈ ਪੜ੍ਹਾਉਂਦਾ ਹੈ ਫਰੀ? ਆਹ ਬਾਦਲ ਸਾਹਿਬ, ਮੈਨੂੰ ਯਾਦ ਹੈ ਮੇਰੇ ਕੋਲ ਅੰਕੜੇ ਹੈ, 2008 ਵਿੱਚ ਆਪਣੀ ਸਰਕਾਰ ਬਣੀ 7 'ਚ, ਅਤੇ ਪਹਿਲੀ ਵਾਰ ਅਸੀਂ ਸੋਚਿਆ ਕਿ ਅਸੀਂ ਆਪਣੇ ਗਰੀਬ ਬੱਚਿਆਂ ਨੂੰ, ਐਸੀ ਪਰਿਵਾਰਾਂ ਦੇ ਬੱਚਿਆਂ ਨੂੰ ਪੜ੍ਹਾਉਣਾ ਹੈ। ਸਾਨੂੰ ਪਤਾ ਜੇ ਬੱਚੇ ਪੜ੍ਹ ਜਾਣਗੇ ਆਪਣੇ ਪੈਰਾਂ 'ਤੇ ਖੜ੍ਹੇ ਹੋ ਜਾਣਗੇ। ਅਸੀਂ ਐਸੀ ਸਕਾਲਰਸ਼ਿਪ ਸਕੀਮ ਲਿਆਂਦੀ, ਤਿਆਰੀ ਕੀਤੀ, ਮੇਰੇ ਸਾਹਮਣੇ ਹੈ 2008 'ਚ ਤਕਰੀਬਨ ਪਹਿਲੇ ਸਾਲ ਨਵਾਂ ਸੀ, 3000 ਬੱਚਿਆਂ ਨੂੰ ਅਸੀਂ ਇਕੱਠਾ ਕਰਕੇ ਉਹਨਾਂ ਨੂੰ ਪੜ੍ਹਾਈ ਸ਼ੁਰੂ ਕੀਤੀ ਮੁਫਤ। ਅਗਲੇ ਸਾਲ 65000 ਹੋ ਗਿਆ, ਅਤੇ 2017 ਜਦੋਂ ਆਪਣੇ ਸਰਕਾਰ ਗਈ 3.5 ਲੱਖ ਬੱਚਿਆਂ ਨੂੰ ਅਸੀਂ ਮੁਫਤ ਪੜ੍ਹਾਉਂਦੇ ਸੀ, ਜਿਹੜਾ ਅੱਜ ਫਿਰ ਤੋਂ ਖਤਮ ਹੋਇਆ ਪਿਆ। ਫਿਰ ਕਦੋਂ ਆਪਾਂ ਦੇਖਾਂਗੇ ਆਪਣੇ ਕਿਹੜੇ ਆ ਅਤੇ ਪਰਾਏ ਕਿਹੜੇ ਆ? ਲੁੱਟ ਖੋ ਚੱਲੀ ਜਾਂਦੀ ਹੈ, ਗੱਲਾਂ ਚਾ ਦਿੰਦੇ ਹਾਂ। ਅੱਜ ਧਾਮੀ ਸਾਹਿਬ ਨੇ ਜ਼ਿਕਰ ਕੀਤਾ, ਬੇਅਦਬੀ ਦੀ ਗੱਲ ਕੀਤੀ, 2 ਦਿਨ ਪਹਿਲੇ ਕਪੂਰਥਲੇ ਇੱਕ ਪਿੰਡ ਵਿੱਚ ਬੇਅਦਬੀ ਹੋਈ, ਕੋਈ ਬੋਲਿਆ? ਥੋੜ੍ਹੀ ਜ਼ਮੀਰ ਜਾਗੀ ਨਹੀਂ ਉਦੋਂ? ਕੀ ਮੁੱਖ ਮੰਤਰੀ ਕਿਤੇ ਆਇਆ? ਕੀ ਪੁਲਿਸ ਨੇ ਦੋਸ਼ੀ ਫੜੇ? ਜੂਨ ਦੇ ਮਹੀਨੇ ਵਿੱਚ ਵੀਰ ਬਾਬਾ ਬੁੱਢਾ ਸਾਹਿਬ ਤਰਨ ਤਾਰਨ ਵਿੱਚ ਬੇਅਦਬੀ ਹੋਈ, ਕੋਈ ਨਹੀਂ ਬੋਲਿਆ? ਮੇ ਦੇ ਮਹੀਨੇ ਵਿੱਚ ਸਮਰਾਲੇ 2 ਜਗ੍ਹਾ 'ਤੇ ਬੇਅਦਬੀ ਹੋਈ, ਕੋਈ ਨਹੀਂ ਬੋਲਿਆ? ਉਸੇ ਮਹੀਨੇ ਫਿਰੋਜ਼ਪੁਰ ਵਿੱਚ ਬੇਅਦਬੀ ਹੋਈ, ਕੋਈ ਨਹੀਂ ਬੋਲਿਆ? ਪੁੱਛੋ ਕਿੱਧਰ ਗਏ ਬਦਾਦੂਵਾਲ, ਕਿੱਧਰ ਗਏ ਉਹ ਮੰਡ ਵਰਗੇ? ਹੁਣ ਨਹੀਂ ਜਾਏਗਾ ਹੀ ਉਹਨਾਂ ਨੂੰ। ਅਕਤੂਬਰ ਦੇ ਵਿੱਚ, ਜਨਵਰੀ ਦੇ ਵਿੱਚ ਫਗਵਾੜੇ ਬੇਅਦਬੀ ਹੋਈ, ਕੋਈ ਨਹੀਂ ਬੋਲਿਆ? ਜਨਵਰੀ ਦੇ ਵਿੱਚ ਪੰਜਾਬ ਸਰਕਾਰ ਨੇ ਗੁਰੂ ਘਰ ਵਿੱਚ ਸੁਲਤਾਨਪੁਰ ਲੋਧੀ ਆਪਣੇ ਪਵਿੱਤਰ ਸਥਾਨ ਵਿੱਚ ਪੁਲਿਸ ਵਾੜਤੀ, ਗੋਲੀਆਂ ਚਲਾ ਦੀਆਂ, ਸ਼ਹੀਦ ਕਰਤੇ, ਖੰਡਪਾ ਸਾਹਿਬ ਖੰਡਿਤ ਕਰਤੇ, ਕੋਈ ਬੋਲਿਆ? ਮੈਂ ਪਿਛਲੇ 1 ਸਾਲ ਦੀ ਦੱਸ ਰਿਹਾ, 17 ਜਗ੍ਹਾ 'ਤੇ 1 ਸਾਲ ਪਿਛਲੇ ਬੇਅਦਬੀ, ਇਸੇ ਰਾਜ ਬੇਅਦਬੀ ਹੋਈ, ਕੋਈ ਬੋਲਿਆ? ਉਦੋਂ ਕਿੱਧਰ ਗਏ ਜਵਾਬ? ਜੇ ਕੋਈ ਬੋਲਿਆ ਤਾਂ ਜੇ ਗਿਆ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਗਏ, ਲੀਡਰਸ਼ਿਪ ਗਈ ਅਤੇ SGPC ਗਈ, ਹਲੇ ਵੀ ਨਹੀਂ ਜੇ ਆਪਾਂ ਜਾਗਾਂਗੇ, ਹਲੇ ਵੀ ਨਹੀਂ ਆਪਾਂ ਪਛਾਣਾਂਗੇ। ਫਿਰ ਉਹ ਦਿਨ ਆਊਗਾ ਜਦੋਂ ਆਪਣੇ ਹੱਥ ਤੋਂ ਨਿਕਲ ਜਾਣੀ ਆ ਖੇਡ। ਖਾਲਸਾ ਜੀ, ਆਪਾਂ 1.5% ਆਬਾਦੀ ਹੈ, 1.5% ਆਬਾਦੀ ਹੈ, ਆਹ ਆਪਣਾ ਘਰ ਹੈ, ਇੱਥੋਂ ਕਿੱਥੇ ਜਾ ਸਕਦੇ ਹੋ ਤੁਸੀਂ? ਕਿਤੇ ਜਾ ਸਕਦੇ ਹੋ? ਕਿਹੜੇ ਮੁਲਕ ਨੂੰ ਜਾ ਕੇ ਤੁਸੀਂ ਕਹੋਗੇ ਸਾਡਾ ਮੁਲਕ ਹੈ, ਆਹ ਦੇਸ਼ ਆਪਣਾ, ਆਪਾਂ ਆਹ ਦੇਸ਼ ਆਜ਼ਾਦ ਕਰਾਇਆ ਹੈ? ਆਹ ਕੋਈ UP ਵਾਲੇ ਨੇ ਯਾਦ ਨਹੀਂ ਕਰਾਇਆ ਦੇਸ਼, ਆਹ ਕੋਈ ਮਹਾਰਾਸ਼ਟਰ ਵਾਲੇ ਨੇ, ਗੁਜਰਾਤ ਵਾਲੇ ਨੇ ਯਾਦ ਨਹੀਂ ਕਰਾਇਆ? ਜੇ ਦੇਸ਼ ਨੂੰ ਆਜ਼ਾਦ ਕਰਾਇਆ, ਜੇ ਫਾਂਸੀ 'ਤੇ ਚੜ੍ਹੇ ਦੇਸ਼ ਨੂੰ ਆਜ਼ਾਦ ਕਰਨ ਵਾਸਤੇ, ਅੰਗਰੇਜ਼ਾਂ ਨੇ ਫਾਂਸੀ ਦਿੱਤੀ ਆਪਣੇ ਸਿੱਖ ਭੈਣ ਭਰਾ ਸੀ, ਕਾਲਾ ਪਾਣੀ ਦੀ ਜੇਲ੍ਹਾਂ ਸਿੱਖ ਭੈਣ ਭਰਾ ਸੀ, ਜਲਿਆਂਵਾਲਾ ਬਾਗ 'ਚ ਗੋਲੀਆਂ ਖਾਧੀਆਂ ਸਿੱਖ ਭੈਣ ਭਰਾਵਾਂ ਨੇ, ਤੁਹਾਡੇ ਹਜ਼ਾਰਾਂ ਪਰਿਵਾਰ ਉੱਥੋਂ ਆਉਂਦੇ ਆਉਂਦੇ ਸ਼ਹੀਦ ਕਰ ਦਿੱਤੇ ਗਏ, ਆਪਣੇ ਪਰਿਵਾਰ ਉੱਧਰ ਜਾਂਦੇ ਸ਼ਹੀਦ ਹੋ ਗਏ, ਕਿਤੇ ਕਿਸੇ ਨੇ ਕੋਈ ਬੋਲਿਆ?
ਦੇਸ਼ ਦੀ ਆਜ਼ਾਦੀ ਦੀ ਗੱਲ ਹੁੰਦੀ ਹੈ, ਪਰ ਪੰਜਾਬ ਖਾਲਸਾ ਪੰਥ ਨਾਲ ਧੋਖਾ ਹੁੰਦਾ ਰਹਿੰਦਾ ਹੈ। ਇਸ ਕਰਕੇ ਮੈਂ ਤੈਨੂੰ ਕਹਿਣਾ ਚਾਹੁੰਦਾ, ਜੇ ਤੁਸੀਂ ਨਾ ਜਾਗੇ ਫਿਰ ਨੁਕਸਾਨ ਤੁਹਾਡਾ ਹੋ ਜਾਣਾ ਹੈ। ਦੇਖ ਲਓ, ਦਿਲੋਂ ਦੇਖੋ ਕਿਹੜਾ ਪੰਥ ਹੈ, ਸ਼ਕਲ ਤੋਂ ਨਾ ਦੇਖੋ। ਸ਼ਕਲ ਤਾਂ ਕੋਈ ਮਰਜ਼ੀ ਬਣਾ ਲੈਂਦਾ, ਕੁਛ ਭੇਟੀਆ ਵੀ ਬਣਾ ਲੈਂਦਾ, ਡਰੱਗ ਖਾਣ ਵਾਲਾ ਵੀ ਬਣਾ ਲਊਗਾ, ਕਿ ਆਪਾਂ ਉਹਦੇ ਮਗਰ ਲੱਗ ਜਾਂਗੇ। ਲੀਡਰ ਜਿਹੜੇ ਹੁੰਦੇ ਹੈ ਇੱਕ ਦਿਨ 'ਚ ਪੈਦਾ ਨਹੀਂ ਹੁੰਦੇ। ਜਿਹੜਾ ਲੀਡਰ ਇੱਕ ਦਿਨ 'ਚ ਬਣਨਾ ਚਾਹੁੰਦਾ ਲੀਡਰ, ਸਹੀ ਮੈਨੇ ਤੇ ਉਹ ਤੁਹਾਡੇ ਨਾਲ ਠੱਗੀ ਮਾਰਨਾ ਚਾਹੁੰਦਾ। ਸਾਹਿਬ ਪ੍ਰਕਾਸ਼ ਸਿੰਘ ਜੀ ਬਾਦਲ, ਬ੍ਰਹਮਪੁਰਾ ਸਾਹਿਬ, ਤੋੜਾ ਸਾਹਿਬ, ਲੌਂਗੋਵਾਲ ਸਾਹਿਬ, 50-50 ਸਾਲ ਉਹਨਾਂ ਨੇ ਤੁਹਾਡੇ ਘਰਾਂ 'ਚ ਰਹਿ ਕੇ ਤੁਹਾਡੇ ਨਾਲ ਖੜ ਕੇ ਮੋਰਚੇ ਲਾ ਕੇ ਧਰਨੇ ਦੇ ਕੇ ਤੁਹਾਡੀ ਲੜਾਈ ਲੜ ਕੇ ਉਹ ਲੀਡਰ ਬਣੇ ਆ। 15-15 ਸਾਲ ਜੇਲ੍ਹਾਂ ਕਰਕੇ ਤੁਸੀਂ ਇੱਕ ਦਿਨ 'ਚ ਭਗਵੰਤ ਮਾਨ ਨੂੰ ਲੀਡਰ ਬਣਾਇਆ। ਅੱਜ ਦੇਖੋ ਕੀ ਹਾਲਤ ਕਰਤਾ ਪੰਜਾਬ ਦਾ। ਇੱਕ ਦਿਨ 'ਚ ਇੱਕ ਹੋਰ ਮੇਰੇ ਮਿੱਤਰ ਇੱਥੇ ਹੈਗਾ ਜਿਹੜਾ ਐਮ ਪੀ ਬਣਾਤਾ, ਤੁਸੀਂ ਇੱਕ ਦਿਨ 'ਚ ਲੀਡਰ ਬਣਾਉਣਾ ਚਾਹੁੰਦੇ ਨੇ, ਹੋਊਗਾ ਉਹੀ ਮਿੰਟ 'ਚ ਬਦਲ ਜਾਂਦੇ। ਅਕਾਲੀ ਦਲ ਜਿਹੜੇ ਸਟੈਂਡ 'ਤੇ ਹੈ ਉਸੇ ਸਟੈਂਡ 'ਤੇ ਰਿਹਾ, ਉਸੇ ਹੀ ਸਟੈਂਡ 'ਤੇ ਰਹੂਗਾ। ਸਾਡੇ ਵਾਸਤੇ ਜਿਵੇਂ ਧਾਮੀ ਸਾਹਿਬ ਨੇ ਗੱਲ ਕੀਤਾ, ਅਕਾਲੀ ਪਾਰਟੀ ਸਰਕਾਰ ਬਣਾਉਣ ਵਾਸਤੇ ਨਹੀਂ ਬਣੀ ਸੀ, ਅਕਾਲੀ ਪਾਰਟੀ ਕੌਮ ਦੇ ਖਿਲਾਫ ਜੋ ਖੜਾ ਹੁੰਦਾ ਉਹਦੇ ਖਿਲਾਫ ਲੜਨ ਵਾਸਤੇ ਬਣੀ ਸੀ। ਅਕਾਲੀ ਪਾਰਟੀ ਜ਼ੁਲਮ ਦੇ ਖਿਲਾਫ ਲੜੀ ਸੀ, ਖੜੀ ਹੋਈ ਹੈ। ਅਕਾਲੀ ਪਾਰਟੀ ਪੰਜਾਬ ਦੀ ਤਰੱਕੀ ਵਾਸਤੇ ਖੜੀ ਹੋਈ ਹੈ। ਤਾਂਹੀਓ ਅਕਾਲੀ ਸਰਕਾਰ ਦੇ ਅੰਦਰ ਜਦੋਂ ਆਉਂਦੀ ਹੈ ਸਰਕਾਰੀ ਸਰਕਾਰ, ਉਦੋਂ ਹੀ ਤਰੱਕੀ ਹੁੰਦੀ ਹੈ। ਮੈਂ ਹੁਣ ਵੀ ਲਿਖ ਕੇ ਦੇ ਦਿੰਦਾ, ਜਿੰਨੇ ਸਾਲ ਮਰਜ਼ੀ ਤੁਸੀਂ ਆ ਝਾੜੂ ਵਾਲੇ ਕਾਂਗਰਸੀਆਂ ਨੂੰ ਇੱਥੇ ਰੱਖੀ ਰੱਖੋ, ਉਨੇ ਸਾਲ ਪੰਜਾਬ ਥੱਲੇ ਜਾਂਦਾ ਰਹੂਗਾ। ਅੱਜ ਹਾਲਾਤ ਆ ਬਣ ਗਈ, ਆਪਣੇ ਜਾ ਕੇ ਦੇਖੋ ਯੂਪੀ ਬਿਹਾਰ, ਦੇਖੋ ਕਿੰਨੀ ਤਰੱਕੀ ਹੋ ਰਹੀ ਹੈ। ਥੋੜ੍ਹੇ ਹੀ ਦਿਨ ਸਾਲ ਰਹਿ ਗਏ, ਯੂਪੀ ਬਿਹਾਰ ਦੇ ਲੋਕ ਇੱਥੇ ਨਹੀਂ ਆਉਣਗੇ, ਆਪਣੇ ਸ਼ਾਇਦ ਉੱਧਰ ਜਾਣ ਲੱਗ ਜਾਣ। ਆਪਣੇ ਲੋਕ ਹੁਣ ਘਰ ਘਰ ਛੱਡ ਕੇ ਅਮਰੀਕਾ ਕਨੇਡਾ ਭੱਜੇ ਕੋ ਜਾਂਦੇ ਹੈ, ਉੱਥੇ ਕੀ ਕਰ ਰਹੀ ਹੈ? ਉੱਥੇ ਕੋਈ ਝਾੜੂ ਮਾਰ ਰਿਹਾ ਹੈ, ਕੋਈ ਬਾਥਰੂਮ ਸਾਫ ਕਰ ਰਿਹਾ ਹੈ, ਕੋਈ ਖੇਤਾਂ 'ਚ ਲੱਗੇ ਹੈ, ਕੋਈ ਕੁਛ ਕੰਮ ਕਰ ਲਿਆ, ਕਿਉਂਕਿ ਇੱਥੇ ਸਰਕਾਰਾਂ ਇਹ ਜਿਹੀਆਂ ਬਣੀਆਂ। ਮੈਂ ਤਾਂ ਕਹਿੰਦਾ ਆਪਾਂ ਇਹਨਾਂ ਦੇ ਗੱਲਾਂ 'ਚ ਆ ਕੇ 10 ਸਾਲ ਦੇ ਬਾਅਦ ਤੁਸੀਂ ਬਾਦਲ ਸਾਹਿਬ ਦੀ ਸਰਕਾਰ, ਅਕਾਲੀ ਦਲ ਦੀ ਸਰਕਾਰ ਰੋਕਤੀ, ਜੇ ਨਾ ਰੋਕੀ ਹੁੰਦੀ ਅੱਜ ਪੰਜਾਬ ਕਿਤੇ ਨਾ ਕਿਤੇ ਜਾਂਦਾ ਸੀ। ਤੁਸੀਂ ਦੇਖੋ ਕਿਹੋ ਜਿਹਾ ਮਾਹੌਲ ਬਣਾਤਾ ਸੀ, ਹਰ ਰੋਜ਼ ਕੋਈ ਨਾ ਕੋਈ ਨਵੀਂ ਚੀਜ਼। ਅੱਜ ਜਿਹੜੀਆਂ ਚੀਜ਼ਾਂ ਸ਼ੁਰੂ ਕੀਤੀਆਂ ਸਾਰੀਆਂ ਬੰਦ। ਮਜੀਠੀਆ ਸਾਹਿਬ ਨੇ ਜ਼ਿਕਰ ਕੀਤਾ ਸੜਕਾਂ ਦਾ, ਆ ਸੜਕਾਂ ਮੈਂ ਮਨਜ਼ੂਰ ਕਰਾਈਆਂ ਸੀ ਜਿਹੜੇ ਅੱਜ ਬੰਦ ਕਰਤੀਆਂ ਇਹਨਾਂ ਨੇ, ਟੈਂਡਰ ਕੈਂਸਲ ਕਰ ਦਿੱਤੇ। ਆ ਕਹਿੰਦੇ ਸੀ ਉਦੋਂ ਥਰਮਲ ਪਲਾਂਟ ਬਣਾਈ ਜਾਂਦੇ ਆ, ਨਹੀਂ ਬਣਨਗੇ। ਅੱਜ ਜਿਹੜੇ ਆਪਾਂ ਨਿੱਘ ਮਾਰ ਰਹੇ ਹਾਂ ਆ ਪੱਖੇ ਦਾ, ਆਪਾਂ ਠੰਡੀ ਹਵਾ ਲੈ ਰਹੇ ਹਾਂ, ਅਕਾਲੀ ਦਲ ਦੀ ਦੇਣ ਹੈ। ਜੇ ਉਹ ਥਰਮਲ ਪਲਾਂਟ ਨਾ ਬਣਦੇ ਤੁਹਾਡੇ ਕੋਲ ਅਸੀਂ ਬਿਜਲੀ ਨਹੀਂ ਹੋਣੀ ਸੀ। ਅੱਜ ਜਿਹੜੇ ਸਕੂਲ ਬਣੇ ਆ, ਯੂਨੀਵਰਸਿਟੀਆਂ ਬਣੀਆਂ, ਆ ਜਿਹੜੇ ਸਕਾਲਰਸ਼ਿਪ ਸਕੀਮ ਆ, ਸਾਰਾ ਕੁਛ ਹੀ ਅਕਾਲੀ ਦਲ ਹੈ। ਕੱਲ੍ਹ ਮੈਂ ਗਿੱਦੜਵੇ ਹਲਕੇ ਸੀ, ਮੇਰੇ ਨਾਲ ਜਦੋਂ ਮੈਂ ਬੈਠਾ ਇੱਕ ਪਿੰਡ ਦਾ ਬਜ਼ੁਰਗ ਇਕੱਠਾ ਹੋਇਆ, ਜਿਹੜਾ ਬਾਦਲ ਸਾਹਿਬ ਗਿੱਦੜਵੇ ਤੋਂ ਇਲੈਕਸ਼ਨ ਲੜਦੇ ਹੁੰਦੇ, ਸਭ ਤੋਂ ਸ਼ੁਰੂ ਕੀਤਾ ਉਹਨਾਂ ਨੇ ਸਿਆਸਤ ਗਿੱਦੜਵੇ ਤੋਂ। ਮੇਰੇ ਕੋਲ ਬਜ਼ੁਰਗ ਆਇਆ 90 ਸਾਲ ਦਾ ਸੀ,
ਬਾਦਲ ਸਾਹਿਬ ਦਾ ਹਾਣੀ ਸੀ। ਮੈਂ ਉਹਨੂੰ ਪੁੱਛਿਆ ਯਾਰ, ਮੈਂ ਕਿਹਾ ਬਾਦਲ ਸਾਹਿਬ ਜਦੋਂ ਆਉਂਦੇ ਸੀ ਪਹਿਲੀ ਵਾਰ ਇਲੈਕਸ਼ਨ ਲੜੇ ਉਦੋਂ ਕੀ ਹਾਲਾਤ ਸੀ? ਉਹ ਬਜ਼ੁਰਗ ਨੇ ਮਾਈਕ 'ਚ ਕਿਹਾ, ਕਹਿੰਦਾ ਜਦੋਂ ਬਾਦ ਪਹਿਲੀ ਵਾਰ ਇਲੈਕਸ਼ਨ ਲੜੇ ਛੋਟੇ ਹੁੰਦੇ ਸੀ, ਬਾਦਲ ਸਾਹਿਬ ਮੈਂ ਵੀ ਛੋਟਾ, ਇੱਥੇ ਟਿੱਬੇ ਹੁੰਦੇ ਸੀ, ਸਾਡੇ ਕੋਲ ਕੋਈ ਦਾਣੇ ਨਹੀਂ ਹੁੰਦੇ ਸੀ, ਕੋਈ ਸੜਕ ਨਹੀਂ ਸੀ, ਪੀਣ ਵਾਲਾ ਪਾਣੀ ਨਹੀਂ ਹੁੰਦਾ ਸੀ। ਬਾਦਲ ਸਾਹਿਬ ਆਏ, ਉਹਨਾਂ ਨੇ ਕੱਸੀਆਂ ਕੱਢੀਆਂ, ਨਹਿਰਾਂ ਕੱਢੀਆਂ, ਖਾਲੇ ਬਣਾਏ, ਪਾਈਪਿੰਗ ਸਿਸਟਮ ਕੀਤਾ, ਸਕੂਲ ਬਣਾਏ, ਹਸਪਤਾਲ ਬਣਾਏ, ਅੱਜ ਸਾਡੀਆਂ ਕੋਠੀਆਂ ਬਣੀਆਂ ਪਈਆਂ, ਕੋਠੀਆਂ ਬਣੀਆਂ ਪਈਆਂ। ਮੈਂ ਗਰੀਬ ਮੈਨੂੰ ਮਿਲੇ, ਕਹਿਣ ਲੱਗੇ ਸਾਡਾ ਆਟਾ ਦਲ ਬੰਦ ਹੋ ਗਿਆ, ਸ਼ਗਨ ਬੰਦ ਹੋ ਗਿਆ, ਕੋਈ ਕਰੋ ਕੁਛ ਨਾ ਕੁਛ। ਜਿਹੜੇ ਬਾਦਲ ਸਾਹਿਬ ਸਾਨੂੰ ਸਿਹਤ ਬੀਮਾ ਕਰਕੇ ਸਾਡਾ ਮੁਫ਼ਤ ਇਲਾਜ ਕਰਾਉਂਦੇ ਸੀ ਹਸਪਤਾਲ 'ਚ, ਉਹ ਬੰਦ ਹੋਇਆ ਪਿਆ। ਮੈਂ ਕਿਹਾ ਜੀ ਇਹਦਾ ਇੱਕੋ ਇੱਕ ਇਲਾਜ ਹੈ, ਜੇ ਤੁਸੀਂ ਮਨ ਬਣਾ ਲਓ ਆਪਣੀ ਪਾਰਟੀ ਨੂੰ ਵਾਪਸ ਲੈ ਕੇ ਆ ਜਾਓ, ਇੱਕ ਉਸੇ ਇਲਾਜ ਹੈ, ਹੋਰ ਕਿਸੇ ਦੇ ਕੋਲ ਹੋਰ ਕੋਈ ਇਲਾਜ ਨਹੀਂ ਹੈ। ਆਪਣੇ ਗੁਰੂ ਸਾਹਿਬ ਨੇ ਆਪਾਂ ਨੂੰ ਸਿਧਾਂਤ ਮੀਰੀ ਪੀਰੀ ਦਾ ਇਸ ਲਈ ਦਿੱਤਾ ਸੀ ਕਿ ਕੌਮ ਤਾਂ ਬਚ ਸਕਦੀ ਹੈ ਜੇ ਉਹਦੇ ਕੋਲ ਸਿਆਸੀ ਤਾਕਤ ਵੀ ਹੋਏ, ਪਾਰਟੀ ਹੋਏ। ਆਹ ਪਾਰਟੀ ਤੁਸੀਂ ਜਿਹੜੀ 103 ਸਾਲ ਤਗੜੀ ਰੱਖੀ, ਉਹਦੇ ਕਰੇ ਕਿਸੇ ਦੀ ਹਿੰਮਤ ਨਹੀਂ ਪਰ ਤੁਹਾਡੇ ਤਰਫ ਝਾਕਦੇ। ਅੱਜ ਆਪਾਂ ਪਛਾਣ ਨਹੀਂ ਰਹੇ ਜਿਹੜੇ ਕੌਮ ਦੇ ਗੱਦਾਰ ਹੈ ਉਹਨਾਂ ਨੂੰ ਪੰਥ ਕਹਿਣ ਲੱਗੇ, ਜਿਹੜੇ ਤੁਹਾਡੇ ਆਪਣੇ ਹੈ ਉਹਨਾਂ ਨੂੰ ਤੁਸੀਂ ਛੱਡ ਪਿੱਛੇ ਛੱਟੀ ਜਾਂਦੇ ਹੋ। ਇਸ ਕਰਕੇ ਮੈਂ ਹੱਥ ਜੋੜ ਕੇ ਬੇਨਤੀ ਕਰਨਾ, ਬਚਾ ਲਓ ਪੰਜਾਬ ਨੂੰ, ਬਚਾ ਲਓ ਪੰਜਾਬ ਨੂੰ, ਬਚਾ ਲਓ ਕੌਮ ਨੂੰ। ਆਪਣੀ ਕੌਮ ਦੀ ਸ਼ਕਤੀ ਤੁਹਾਡੀ ਏਕਤਾ ਹੈ। ਤੁਸੀਂ ਦੇਖ ਲਓ ਮੁਸਲਿਮ ਭਾਈਚਾਰੇ ਨਾਲ ਕੀ ਹੋ ਰਿਹਾ, ਜਿੱਥੇ ਵੀ ਹੈ, ਕਿਉਂਕਿ ਉਹ ਵੰਡੇ ਹੈ, ਉਹਨਾਂ ਦੇ ਧੱਕੇ ਹੋ ਰਹੇ ਹੈ। ਹੁਣ ਉਹਨਾਂ ਦਾ ਐਕਟ ਜਿਹੜਾ ਵੱਖਾ ਬੋਰਡ ਦਾ ਐਕਟ ਸੀ, ਜਿਹੜਾ ਉਹਨਾਂ ਦਾ ਆਪਣਾ ਐਕਟ ਹੈ, ਉਹ ਵੀ ਬਦਲ ਲੱਗੇ ਹੈ, ਕਿਉਂਕਿ ਉਹਨਾਂ ਦੇ ਕੋਲ ਕੋਈ ਸਿਆਸੀ ਪਾਰਟੀ ਨਹੀਂ ਹੈ। ਆਪਣੇ ਕੋਲ ਏਡੀ ਵੱਡਾ ਸਰਮਾਇਆ ਹੈ, ਐਡੀ ਵੱਡੀ ਜਥੇਬੰਦੀ ਹੈ, ਆਪਾਂ ਜੇ ਇੱਕ ਝੰਡੇ ਥੱਲੇ ਨਾ ਇਕੱਠੇ ਹੋਏ ਤੇ ਜਿਹੜਾ ਆਪਣਾ ਸਰਮਾਇਆ, ਆਪਣੀਆਂ ਇੰਸਟੀਟਿਊਸ਼ਨ SGPC, ਆਹ ਸਾਰੀਆਂ ਚੀਜ਼ਾਂ ਆਪਣੀਆਂ, ਇਹਨਾਂ ਨੇ ਸਾਰਾ ਹੀ ਤਬਾਹ ਕਰ ਦੇਣਾ ਹੈ। ਇਸ ਕਰਕੇ ਮੈਂ ਅੱਜ ਕਹਿਣਾ ਚਾਹੁੰਦਾ, ਖਹਿਰਾ ਸਾਹਿਬ ਸਾਡੇ ਨਾਲ ਅੱਜ ਆਏ ਇੱਥੇ ਬੈਠੇ ਆ, ਦੇਖੋ ਆਹ ਹੈ ਅਸਲੀ ਖਾਲਸਾ, ਜਿਹਨੇ ਪਰਵਾਹ ਨਹੀਂ ਕੀਤੀ, 35 ਸਾਲ ਚੂ ਨਹੀਂ ਕੀਤੀ। ਯਾਰ ਤੁਸੀਂ ਇੱਕ ਘਰੇ ਹਫ਼ਤਾ ਰਹਿ ਕੇ ਦੇਖੋ, ਕਮਰੇ 'ਚ ਚੀਕਾਂ ਨਿਕਲ ਜਾਂਦੀਆਂ। ਕੌਮ ਨੂੰ ਖੜਨਾ ਚਾਹੀਦਾ ਇਹਨਾਂ ਵਰਗੇ ਇਨਸਾਨਾਂ ਨਾਲ, ਉਹਨਾਂ ਵਰਗੇ ਨਹੀਂ ਜਿਹੜਾ 1 ਘੰਟਾ ਹੀ ਨਹੀਂ ਜੇਲ੍ਹ ਜਾ ਸਕਦੇ, ਜਿਹੜੇ ਸ਼ਹੀਦੀ ਦੀ ਕਰਨ ਤੋਂ ਬਗੈਰ ਉਹ ਆਪਣਾ ਮਕਸਦ ਹੀ ਬਦਲ ਦਿੰਦੇ ਹੈ, ਕਿਤੇ ਕੁਛ ਕਹਿੰਦੇ ਹੈ, ਤਾਕਤ ਵਾਸਤੇ ਕੋਈ ਹੋਰ ਬਣ ਜਾਂਦੇ ਹੈ। ਅਕਾਲੀ ਦਲ, ਮੈਂ ਤੁਹਾਨੂੰ ਐਜ਼ ਪ੍ਰਧਾਨ ਕਹਿਣਾ ਚਾਹੁੰਦਾ, ਐਜ਼ ਜਦੋਂ ਤੱਕ ਤੁਸੀਂ ਮੈਨੂੰ ਸੇਵਾ ਦਿਓਗੇ, ਮੇਰਾ ਇੱਕ ਵਚਨ ਤੁਹਾਡੇ ਨਾਲ ਹੈ, ਮੈਂ ਕਿਸੇ ਕਾਰਨ ਜਾਂ ਕਿਸੇ ਕਰਕੇ ਮੈਂ ਸਿੱਖ ਪੰਥ ਦੀ ਪਿੱਠ ਨਹੀਂ ਲੱਗਣ ਦਊਂਗਾ। ਮੈਂ ਅਕਾਲੀ ਦਲ ਦੀ ਢਾਲ ਬਣ ਕੇ ਖੜਾਂਗੇ, ਅਕਾਲੀ ਦਲ ਦੀ ਪਿੱਠ ਨਹੀਂ ਲੱਗਣ ਦੇਵਾਂਗੇ। ਕਿਤੇ ਕੰਪਰੋਮਾਈਜ਼ ਨਹੀਂ ਕਰੂੰਗਾ, ਕਿਤੇ ਕੰਪਰੋਮਾਈਜ਼ ਨਹੀਂ ਕਰੂੰਗਾ। ਸਾਡੇ ਵਾਸਤੇ, ਸਾਡੀ ਪਾਰਟੀ ਵਾਸਤੇ ਖਾਲਸਾ ਪੰਥ 1 ਨੰਬਰ ਹੈ, ਪੰਜਾਬ ਹੈ,
ਪੰਜਾਬ ਦੀ ਤਰੱਕੀ ਹੈ। ਇਸ ਕਰਕੇ ਆਓ ਅੱਜ ਆਪਾਂ ਇਸ ਪਵਿੱਤਰ ਧਰਤੀ 'ਤੇ ਆਏ ਹਾਂ, ਇਸ ਪਵਿੱਤਰ ਥਾਂ 'ਤੇ ਆਏ ਹਾਂ, ਪਰਨ ਕਰ ਲਈਏ। ਜਿਹੜੇ ਮੇਰੇ ਆਪਣੇ ਪਿੰਡਾਂ ਦੇ ਲੋਕ ਆਪਣੇ ਭਰਾ ਦੂਜੇ ਪਾਸੇ ਚਲੇ ਆਏ, ਉਹਨਾਂ ਨੂੰ ਵਾਪਸ ਆਪਣੇ ਮੁੱਖ ਧਾਰਾ 'ਚ ਲੈ ਕੇ ਆਈਏ, ਆਪਣੀ ਪਾਰਟੀ ਨੂੰ ਤਕੜੇ ਕਰੀਏ। ਜਿਹੜੀਆਂ ਦੂਜੀਆਂ ਪਾਰਟੀਆਂ ਜਿਹੜੇ ਕੌਮ ਦੇ ਗੱਦਾਰ ਹੈ ਉਹਨਾਂ ਨੂੰ ਨਕਾਰ ਕੇ ਸਿੱਟ ਦਿਓ, ਆਪਣੀ ਤਾਕਤ ਪੂਰੀ ਕਰ ਲਿਓ। ਤੁਹਾਨੂੰ ਕੋਈ ਆਂਚ ਨਹੀਂ ਆਉਣ ਦੇਵਾਂਗੇ, ਆਂਚ ਨਹੀਂ ਆਉਣ ਦੇਵਾਂਗੇ।